ਸੋਸੀ ਟੈਕ ਦਿਓ SSV ਐਂਟਰਟੇਨਮੈਂਟ ਤੁਹਾਡਾ ਆਪਣਾ ਚੈਨਲ ਲਓ ਜੀ ਦੋਸਤੋ ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੂੜਪੁਰ ਚ ਆ ਗਏ ਆ ਤੁਹਾਡੇ ਲਈ ਪਿੰਡ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ ਵਾਸਤੇ ਦੋਸਤੋ ਚੂੜਪੁਰ ਪਿੰਡ ਲੁਧਿਆਣਾ ਸ਼ਹਿਰ ਦੇ ਜਮੇ ਹੀ ਨਾਲ ਪੈ ਜਾਂਦਾ ਪਹਿਲਾਂ ਤਾਂ ਲੁਧਿਆਣੇ ਤੋਂ ਥੋੜਾ ਜਿਹਾ ਫਰਕ ਸੀਗਾ ਇਸ ਪਿੰਡ ਦਾ ਪਰ ਹੁਣ ਪਿਛਲੇ ਕੁ ਸਾਲਾਂ ਤੋਂ ਲੁਧਿਆਣਾ ਸ਼ਹਿਰ ਆਲੇ-ਦਾਲੇ ਨੂੰ ਫੈਲ-ਫੈਲ ਕੇ ਨੇੜੇ-ਤੇੜੇ ਦੇ ਪਿੰਡਾਂ ਨੂੰ ਵੀ ਆਪਦੇ ਅੰਦਰ ਹੀ ਸਮੇਟੀ ਜਾ ਰਿਹਾ ਪਰ ਹਲੇ ਵੀ ਚੂੜਪੁਰ ਪਿੰਡ ਦੇ ਜੱਦੀਕਰ ਬਚੇ ਹੋਏ ਨੇ ਉਂ ਪਿੰਡ ਦੀ ਜ਼ਮੀਨ 'ਚ ਕਲੋਨੀਆਂ ਬਹੁਤ ਕੱਟੀਆਂ ਗਈਆਂ ਚਲੋ ਖੈਰ ਹੁਣ ਆਪਾਂ ਪਿੰਡ ਦੀ ਜਾਣਕਾਰੀ ਵਾਲੇ ਪਾਸੇ ਆਉਨੇ ਆ ਦੋਸਤੋ ਚੂੜਪੁਰ ਪਿੰਡ ਨੂੰ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਲੱਗਦਾ ਤੇ ਹੈੱਡ ਪੋਸਟ ਆਫਿਸ ਵੀ ਦਰਨੇ ਦਾ ਹੀ ਲੱਗਦਾ ਪਿੰਡ ਨੂੰ ਅਸੈਂਬਲੀ ਹਲਕਾ ਵੀ ਲੁਧਿਆਣਾ ਹੀ ਲੱਗਦਾ ਤੇ ਹੁਣ ਇਥੋਂ ਦੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਵਿਧਾਨ ਸਭਾ ਹਲਕਾ ਲਗਦਾ ਗਿੱਲ ਤੇ ਇਥੋਂ ਦੇ ਐਮ.ਐਲ.ਏ ਨੇ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਜੋ ਆਮ ਆਦਮੀ ਪਾਰਟੀ ਦੇ ਨੇ ਤੇ ਜਦੋਂ ਅਸੀਂ ਸਨ 2024 ਦੇ ਸਤੰਬਰ ਦੇ ਮਹੀਨੇ ਚੂੜਪੁਰ ਪਿੰਡ ਦੀ ਇਹ ਡਾਕੂਮੈਂਟਰੀ ਬਣਾ ਰਹੇ ਹਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ ਨੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ ਜੋ ਧਰਤੀ ਜਨਤਾ ਪਾਰਟੀ ਦੇ ਨੇ ਦੋਸਤੋ ਚੂੜਪੁਰ ਪਿੰਡ ਦੇ ਨੇੜੇ-ਤੇੜ ਦੇ ਪਿੰਡ ਨੇ ਲਾਦੀਆਂ ਕਲਾ ਲਾਦੀਆਂ ਖੁਰਦ ਜੱਸੀਆਂ ਬੱਲੋਕੇ ਤੇ ਵੱਡੀ ਹੈ ਬੋਵਾਲ ਜੇ ਤੁਸੀਂ ਇਸ ਪਿੰਡ 'ਚ ਆਉਣਾ ਫਿਰ ਤੁਸੀਂ ਲੁਧਿਆਣੇ ਤੋਂ ਹੈਬੋਵਾਲ ਵਾਲੀ ਸੜਕ ਫੜ ਕੇ ਆ ਸਕਦੇ ਹੋ ਤੇ ਜਲੰਧਰ ਵਾਲੇ ਪਾਸਿਓਂ ਲੌਡੂਵਾਲ ਤੋਂ ਪਿੰਡਾਂ ਦੇ ਵਿਚਦੀ ਹੋ ਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਬਾਕੀ ਜੇ ਤੁਹਾਡੇ ਕੋਲ ਕੋਈ ਆਵਾਜ ਦਾ ਸਾਧਨ ਨਹੀਂ ਵੀ ਹੈਗਾ ਤਾਂ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਕਿਉਂਕਿ ਇਸ ਪਿੰਡ 'ਚ ਆਉਣ ਜਾਣ ਨੂੰ ਬਹੁਤ ਆਟੋ ਰਿਕਸ਼ੇ ਮਿਲ ਜਾਂਦੇ ਨੇ ਤੇ ਇੱਕ ਆਟੋ ਰਿਕਸ਼ਾ ਤਾਂ ਆ ਆਪਣੇ ਸਰਦਾਰ ਪਰਮਜੀਤ ਸਿੰਘ ਵੀਰ ਜੀ ਦਾ ਹੀ ਹੈਗਾ ਇਹ ਵੀ ਬਹੁਤ ਭਲੇ ਬੰਦੇ ਨੇ ਇਹਨਾਂ ਨੇ ਸਾਨੂੰ ਵੀ ਪੂਰਾ ਪਿੰਡ ਕਮਾਇਆ ਪੂਰਾ ਸਾਡੇ ਨਾਲ ਰਹਿ ਧੰਨਵਾਦ ਵੀਰ ਜੀ ਪਰ ਉ ਪਿੰਡ ਚ ਆਹ ਬਸੜਾ ਵੀ ਹੈਗਾ ਤੇ ਲੋਕ ਕਹਿੰਦੇ ਕੁ ਸਾਲ ਪਹਿਲਾਂ ਤੱਕ ਲੁਧਿਆਣੇ ਤੋਂ ਲਾਦੀਆਂ ਨੂਰਪੁਰ ਬੇਟ ਦੇ ਵਿੱਚ ਦੀ ਹੋ ਕੇ ਲੌਡੂਵਾਲ ਨੂੰ ਜਾਣ ਵਾਲੀਆਂ ਬੱਸਾਂ ਇਸ ਬੱਸ ਅੱਡੇ ਤੇ ਰੁੱਕ ਕੇ ਜਾਂਦੀਆਂ ਹੁੰਦੀਆਂ ਸੀ ਪਰ ਹੁਣ ਕਹਿੰਦੇ ਉਹ ਰੂਟ ਬੰਦ ਹੋ ਗਿਆ ਤੇ ਆਹ ਬੱਸਾਂ ਦੇ ਆਉਣ ਜਾਣ ਦਾ ਸਮਾਂ ਵੀ ਇੱਥੇ ਲਿਖ ਕੇ ਲਾਇਆ ਹੋਇਆ ਪਰ ਹੁਣ ਨਹੀਂ ਕੋਈ ਬੱਸ ਆਉਂਦੀ ਫਿਰ ਦੋਸਤੋ ਪਿੰਡ ਨੂੰ ਵੰਣ ਤੋਂ ਪਹਿਲਾਂ ਆਹ ਬਹੁਤ ਸੋਹਣਾ ਦਰਵਾਜ਼ਾ ਬਣਾਇਆ ਹੋਇਆ ਤੇ ਇਹ ਦਰਵਾਜ਼ਾ ਹੈਗਾ ਸਰਦਾਰ ਹਰਚੰਦ ਸਿੰਘ ਨੰਬਰਦਾਰ ਯਾਦਗਾਰੀ ਦਰਵਾਜ਼ਾ ਤੇ ਪਿੰਡ ਦੇ ਇਸ ਚੌਂਕ ਤੋਂ ਆਹ ਸੜਕ ਬੱਲੋਕੇ ਪਿੰਡ ਨੂੰ ਚਲੀ ਜਾਂਦੀ ਆ ਤੇ ਇਧਰਲੇ ਪਾਸੇ ਸੇ ਆ ਸੜਕਾ ਜਿਹੜੀ ਇਹ ਪਿੰਡਾਂ ਦੇ ਵਿੱਚ ਦੀ ਹੋ ਕੇ ਲੌਡੂ ਵਾਲ ਨੂੰ ਚਲੀ ਜਾਂਦੀ ਆ ਤੇ ਇੱਧਰ ਆਹਾ ਵੀ ਹੀ ਚੂੜਪੁਰ ਪਿੰਡ ਦੇ ਅੰਦਰ ਚਲੀ ਜਾਂਦੀ ਆ ਤੇ ਆ ਆਪਣੇ ਪਰਮਜੀਤ ਬਾਈ ਜੀ ਦਾ ਆਟੋ ਰਿਕਸ਼ਾ ਇਹਨਾਂ ਨੂੰ ਤੁਸੀਂ ਮਿਲ ਹੀ ਚੁੱਕੇ ਹੋ ਦੋਸਤੋ ਆ ਜਿਹੜੀਆਂ ਪੰਚਾਇਤਾਂ ਦਾ ਕਾਰਜਕਾਲ ਪਿੱਛੇ ਜੇ ਮੁਕਿਆ ਉਹਦੇ ਸਰਪੰਚ ਨੇ ਸਰਦਾਰ ਮਨਦੀਪ ਸਿੰਘ ਜੀ ਤੇ ਮੈਂਬਰ ਸਹਿਬਾਨ ਨੇ ਬੀਬੀ ਸਤਿਆ ਜੀ ਸਰਦਾਰ ਅਮਰਿੰਦਰ ਸਿੰਘ ਜੀ ਇਹਨਾਂ ਨਾਲ ਤਾਂ ਸਾਡੀ ਮੁਲਾਕਾਤ ਵੀ ਹੋਈ ਧੰਨਵਾਦ ਜੀ ਫਿਰ ਬੀਬੀ ਰਮਨ ਕੁਮਾਰੀ ਜੀ ਸ਼੍ਰੀ ਰਜੇਸ਼ ਕਾਲੀਆ ਜੀ ਤੇ ਸ਼੍ਰੀ ਨਤਨੀ ਜੀ ਪਿੰਡ ਦੇ ਨੰਬਰਦਾਰ ਸਾਹਿਬ ਨੇ ਸਰਦਾਰ ਨਿਰਮਲ ਸਿੰਘ ਜੀ ਤੇ ਪਿੰਡ ਚੂੜੂਪੁਰਾ ਦੇ ਚੌਂਕੀਦਾਰ ਸੀ ਸਵਰਗਵਾਸੀ ਬਖਸ਼ੀ ਸਿੰਘ ਜੀ ਜੋ ਲਾਦੀਆਂ ਕਲਾ ਪਿੰਡ ਦੇ ਸਨ ਫਿਰ ਦੋਸਤੋ ਚੂੜਪੁਰ ਪਿੰਡ 'ਚ ਸਰਦਾਰ ਗੁਰਦੇਵ ਸਿੰਘ ਸੰਧੂ ਜੀ ਦਾ ਵੀ ਸਮਾਜ ਭਲਾਈ ਦੇ ਕੰਮਾਂ 'ਚ ਯੋਗਦਾਨ ਪਾਉਣ ਕਰਕੇ ਪਿੰਡ 'ਚ ਬਹੁਤ ਸਤਿਕਾਰ ਆ ਸਤਿਕਾਰ ਤੋਂ ਜ਼ਿਆਦਾ ਆ ਪਿੰਡ ਦੇ ਬਹੁਤ ਸੱਜਣਾ ਦਾ ਉੱਚੇ ਉੱਚੇ ਅਹੁਦਿਆਂ 'ਤੇ ਪਹੁੰਚਣ ਕਰਕੇ ਵੀ ਪਿੰਡ 'ਚ ਕਾਫੀ ਸਤਿਕਾਰ ਆ ਉਹਨਾਂ 'ਚੋਂ ਪ੍ਰਮੁੱਖ ਨੇ ਪੰਜਾਬ ਪੜਸੇ ਦੇ ਸਰਦਾਰ ਜਗਦੀਸ਼ ਸਿੰਘ ਜੀ ਵੀਡੀਓ ਦਫ਼ਤਰ ਚ ਸਟੈਨੋ ਬੀਬੀ ਮਨਦੀਪ ਕੌਰ ਜੀ ਰਿਟਾਇਰਡ ਕਰਨਲ ਸਰਦਾਰ ਭੁਪਿੰਦਰ ਸਿੰਘ ਜੀ ਰਿਟਾਇਰ ਸੂਬੇਦਾਰ ਸਰਦਾਰ ਦਲਵਿੰਦਰ ਸਿੰਘ ਜੀ ਜੋ ਸਰਦਾਰ ਅਮਰ ਸਿੰਘ ਜੀ ਦੇ ਬੇਟੇ ਨੇ ਰਿਟਾਇਰ ਸੂਬੇਦਾਰ ਸਰਦਾਰ ਮਹਿੰਦਰ ਸਿੰਘ ਜੀ ਜੋ ਸਰਦਾਰ ਬਰਿਆਮ ਸਿੰਘ ਜੀ ਦੇ ਬੇਟੇ ਨੇ ਰਿਟਾਇਰ ਫੌਜੀ ਸਵਰਗਵਾਸੀ ਸਰਦਾਰ ਗੁਰਦੀਪ ਸਿੰਘ ਦੀਪਾ ਜੀ ਜੋ ਸਰਦਾਰ ਕਰਤਾਰ ਸਿੰਘ ਜੀ ਦੇ ਬੇਟੇ ਨੇ ਰਿਟਾਇਰ ਫੌਜੀ ਨਾਇਕ ਸਰਦਾਰ ਬੂਟਾ ਸਿੰਘ ਜੀ ਜੋ ਸ੍ਰੀ ਮੀਤਰਾਮ ਜੀ ਦੇ ਬੇਟੇ ਨੇ ਰਿਟਾਇਰ ਫੌਜੀ ਹੋਲਡਰ ਸਰਦਾਰ ਕੁਲਵਿੰਦਰ ਸਿੰਘ ਜੀ ਜੋ ਸਰਦਾਰ ਜਗਤਾਰ ਸਿੰਘ ਜੀ ਦੇ ਬੇਟੇ ਨੇ ਰਿਟਾਇਰ ਡਰਾਇੰਗ ਮਾਸਟਰ ਸਰਦਾਰ ਸਰਜੀਤ ਸਿੰਘ ਜੀ ਜੋ ਸਰਦਾਰ ਜਝਾਰ ਸਿੰਘ ਜੀ ਦੇ ਬੇਟੇ ਨੇ ਰਿਟਾਇਰ ਸੈਂਸ ਮਾਸਟਰ ਸਰਦਾਰ ਰਜਿੰਦਰ ਸਿੰਘ ਜੀ ਜੋ ਸਰਦਾਰ ਜਝਾਰ ਸਿੰਘ ਜੀ ਦੇ ਬੇਟੇ ਨੇ ਲੁਧਿਆਣਾ ਕਾਰਪੋਰੇਸ਼ਨ ਚੋਂ ਰਿਟਾਇਰ ਸਰਦਾਰ ਪ੍ਰੀਤਮ ਸਿੰਘ ਜੀ ਜੋ ਸਰਦਾਰ ਗਰਵਚਨ ਸਿੰਘ ਗਰੇਵਾਲ ਜੀ ਦੇ ਬੇਟੇ ਨੇ ਐਲ ਆਈ ਸੀ ਚੋਂ ਰਿਟਾਇਰ ਸ਼੍ਰੀ ਬੂਟਾ RAM ਜੀ ਜੋ ਸ਼੍ਰੀ ਬਚਨ RAM ਜੀ ਦੇ ਬੇਟੇ ਨੇ ਤੇ ਰਿਟਾਇਰ ਥਾਣੇਦਾਰ ਸਰਦਾਰ ਹਾਕਮ ਸਿੰਘ ਗਰੇਵਾਲ ਜੀ ਜੋ ਸਰਦਾਰ ਬਲਵੀਰ ਸਿੰਘ ਜੀ ਦੇ ਬੇਟੇ ਨੇ ਇਹਨਾਂ ਨੇ ਸਾਡਾ ਪਿੰਡ ਆਉਣ ਤੇ ਜੀ ਆਇਆਂ ਵੀ ਕੀਤਾ ਤੇ ਸਾਨੂੰ ਪਿੰਡ ਦੀਆਂ ਕੀਮਤੀ ਜਾਣਕਾਰੀਆਂ ਵੀ ਦਿੱਤੀਆਂ ਐਂਉਂ ਕਰਦੇ ਆ ਆਪਾਂ ਤੁਹਾਨੂੰ ਇਹਨਾਂ ਦੀ ਜਵਾਨੀਆਂ ਹੀ ਸੁਣਾਉਨੇ ਆ ਸੁਣੋ ਜੀ ਮੈਂ ਰਿਟਾਇਰ ਥਾਣੇਦਾਰ ਹਾਕਮ ਸਿੰਘ ਗਰੇਵਾਲ son of ਸਰਦਾਰ ਬਲਵੀਰ ਸਿੰਘ son of ਜਗਤ ਹਰਪੰਸ ਸਿੰਘ son of ਜਗਤ ਸਿੰਘ ਪਿੰਡ ਚੂੜਪੁਰ ਮੇਰਾ ਜਨਮ ਸਾਲ 1952 ਵਿੱਚ ਪਿੰਡ ਚੂੜਪੁਰ ਵਿਖੇ ਹੋਇਆ ਸਾਡੇ ਪਿੰਡ ਵਿੱਚ ਕੋਈ ਮੁਢਲੀ ਸਥਿਤੀ ਨਹੀਂ ਸੀਗੀ ਸਰਕਾਰੀ ਸਕੂਲ ਪਿੰਡ ਚਸਿਆ ਸੀ ਤੇ ਸਾਡੇ ਪਿੰਡ ਦੇ ਜਿੰਨੇ ਪਰਾਨੇ ਘਰ ਸੀਗੇ ਉਹ ਪਿੰਡ ਮਨਸੂਰਾ ਤੋਂ ਪਾਕਿਸਤਾਨ ਗਏ ਸੀਗੇ ਪਾਕਿਸਤਾਨ ਸਾਡਾ ਮੇਰੀ ਧਿਆਨ ਮਤਾਵਕ 64 ਲੈਲਪੁਰ ਪਾਕਿਸਤਾਨ 1947 ਚ ਉਜਾੜਿਆ ਮੌਕੇ ਇਹ ਇਸ ਪਿੰਡ ਚ ਆਏ ਇਹ ਸਾਰਾ ਜਿਹੜਾ ਭਾਈਚਾਰਾ ਸੀ ਉਸ ਵਕਤ ਗਰੀਵਾਲਾਂ ਦਾ ਸੀਗਾ ਤੇ ਇੱਥੇ ਮੁਰ ਤੋਂ ਚਾਰ ਪੰਜ ਪਰਿਵਾਰ ਸੀਗੇ ਸਾਡਾ ਜਗਤ ਸਿੰਘ ਦਾ ਲਾਣਾ ਨੰਬਰ 2 ਦਿਆਲ ਸਿੰਘ ਦਾ ਪਰਿਵਾਰ ਉਹਨਾਂ ਦੇ ਦੋ ਘਰ ਸੀਗੇ ਨੰਬਰ 3 ਨੰਬਰ ਦਾ ਹਰਚੰਦ ਸਿੰਘ ਤੇ ਹਕੀਮ ਕੋਲ ਮਨਾ ਕੇ ਸੱਤ ਅੱਠ ਘਰ ਸੀਗੇ ਜਿਨ੍ਹਾਂ ਚੋਂ ਅੱਗੇ ਵਾਧਾ ਹੋਇਆ 25 30 ਘਰ ਬਣੇ ਗਰੇਵਾਲ ਪਰਿਵਾਰਾਂ ਚੋਂ ਇਸ ਪਿੰਡ ਦੇ ਵਿੱਚ ਬਾਹਰੋਂ ਆ ਕੇ ਜਿਹੜੇ ਬੰਦੇ ਆਵਾਜ਼ ਹੋਏ ਨੇ ਉਹ ਕਾਹ ਮਾਸਟਰ ਚੁਟਾਰ ਸਿੰਘ ਕਾਲੋਂ ਦਾ ਪਰਿਵਾਰ ਸਿਆਲ ਕੁੱਟਿਏ ਅਮਰ ਸਿੰਘ ਹਰਨਾਮ ਸਿੰਘ ਗਿਰਸਾ ਸਿੰਘ ਧੰਨਵਾਦ ਸਰਦਾਰ ਹਾਕਮ ਸਿੰਘ ਜੀ ਤੁਸੀਂ ਪਿੰਡ ਦੇ ਪਸ਼ੋਕੜ ਦੀ ਬੜਮੁੱਲੀ ਜਾਣਕਾਰੀ ਦਿੱਤੀ ਜਿਉਂਦੇ ਰਹੋ ਜੀ ਫਿਰ ਦੋਸਤੋ ਪਿੰਡ ਦੇ ਪਸ਼ੋਕੜ ਬਾਰੇ ਸਾਨੂੰ ਸਰਦਾਰ ਕੁਲਵਿੰਦਰ ਸਿੰਘ ਜੀ ਨੇ ਵੀ ਕੁਝ ਜਾਣਕਾਰੀ ਦਿੱਤੀਆਂ ਉਹ ਵੀ ਤੁਸੀਂ ਆਪ ਹੀ ਸੁਣ ਲਓ ਸੁਣੋ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਪੇਤਾ ਨਾਮ ਚਰਨ ਸਿੰਘ ਸਾਡਾ ਜੱਦੀ ਪਿੰਡ ਮਨਸੂਰਾ ਸੀਗਾ ਸਾਡੇ ਪਰਦਾਦਿਆਂ ਦਾ ਤੇ ਫੇਰ ਉਹਨਾਂ ਨੂੰ ਜ਼ਮੀਨ ਮਿਲ ਗਈ 64 ਚੱਕ ਜਿਹੜਾ ਦਰਫੋਰ ਫੇਰ ਉੱਥੇ ਉਹਨਾਂ ਨੇ 50 60 ਸਾਲ ਕਮਾਈ ਕੀਤੀ ਜ਼ਮੀਨ ਵਾਦ ਕਰ ਲਈ ਸਾਡੇ ਦਾਦੇ ਚਲੇ ਗਏ ਤਾਂ ਦਿਨ ਸਾਦਲੇ ਉੱਠੀ ਹੋ ਕੇ ਦਾਦਿਆਂ ਦੇ ਯਾਰਮਾ ਤੇ ਫੇਰ ਉੱਥੇ ਹੀ 1947 ਅਜਾੜਾ ਪੈ ਗਿਆ ਰੋਲਾ ਪੈ ਗਿਆ ਫਿਰ ਸਾਡਾ ਪਿਛਲਾ ਪਿੰਡ ਗੁਰਗਾਂ ਦਾ ਮਨਸੂਰਾ ਸੀਗਾ ਉੱਥੇ ਜਿੱਥੇ ਉੱਥੇ ਸਾਡੀ ਜ਼ਮੀਨ ਸੀਗੀ ਜੱਦੀ ਫੇ ਆ ਕੇ ਅਸੀਂ ਉਹ ਬੋਲ ਲਾ ਗਏ ਉਦੋਂ ਮਗਰੋਂ ਸਾਨੂੰ ਜ਼ਮੀਨ ਆਟੋਮੈਟਿਕ ਇੱਥੇ ਕੱਟੀ ਗਈ ਪਿੰਡ ਚੂੜਪੁਰ ਉਹਦੋਂ ਚੂੜਪੁਰ ਪਿੰਡ ਸੀਗਾ ਹੀ ਜਦੋਂ ਤੁਸੀਂ ਨਹੀਂ ਉਹ ਉੱਥੇ ਤਾਂ ਸੀਗਾ ਠੀਕ ਹੈ ਜੀ ਆ ਸੀਗਾ ਉੱਥੇ ਦਾ ਚੌਂ ਚੱਕਰ ਸੀ ਬਣਾਇਆ ਧੰਨਵਾਦ ਬਾਈ ਜੀ ਦੋਸਤੋ ਪਿੰਡ ਦੇ ਨਾਮ ਪਿੱਛੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਮੁਸਲਮਾਨ ਪਰਿਵਾਰਾਂ ਨੇ ਇਹ ਪਿੰਡ ਵਸਾਇਆ ਸੀ ਉਨ੍ਹਾਂ ਦੇ ਮੁਖੀਏ ਦਾ ਨਾਮ ਸੀ ਚੂੜਖਾਨ ਤੇ ਚੂੜਖਾਨ ਜੀ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਚੂੜਪੁਰ ਪਿਆ ਇਹਦੀ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਮੈਂ ਪਾਕਿਸਤਾਨ 'ਚ ਰਹਿੰਦੇ ਮੇਰੇ ਦੋਸਤ ਪੀਰ ਆਬੇਦਲੀ ਸ਼ਾਹ ਜੀ ਦੀ ਡਿਊਟੀ ਲਈ ਸੀ ਕਿ ਚੂੜਪੁਰ ਪਿੰਡ ਤੋਂ ਉੱਜੜ ਕੇ ਗਏ ਪਰਿਵਾਰਾਂ ਨੂੰ ਲੱਭ ਕੇ ਪਿੰਡ ਦੇ ਨਾਮ ਬਾਰੇ ਪਤਾ ਕਰਕੇ ਦੱਸੋ ਤਾਂ ਪੀਰ ਆਬੇਦਲੀ ਸ਼ਾਹ ਜੀ ਕੋਈ ਦਿਨਾਂ ਬਾਅਦ ਮੈਨੂੰ ਫੋਨ ਕਰਕੇ ਕਹਿੰਦੇ ਜੀ ਪਿੰਡ ਚੂੜਪੁਰ ਤੋਂ ਦੇ ਨਾਲ ਦੇ ਪਿੰਡ ਬੱਲੋਕੇ ਤੋਂ ਜਿਹੜੇ ਵੀ ਲੋਕ 1947 ਵੇਲੇ ਉਜੜ ਕੇ ਪਾਕਿਸਤਾਨ ਚ ਆਏ ਸੀ ਉਹ ਚੱਕ 79 ਚੂੜ ਮਾਜਰਾ 'ਚ ਵਸੇ ਨੇ ਤੇ ਹੁਣ ਤਾਂ ਚੂੜ ਮਾਜਰਾ ਵੀ ਕਹਿੰਦੇ ਸ਼ਹਿਰ ਵਰਗਾ ਹੀ ਹੋ ਗਿਆ ਤੇ ਮੈਂ ਕਈ ਬੰਦਿਆਂ ਨਾਲ ਕਹਿੰਦੇ ਗੱਲ ਵੀ ਕੀਤੀ ਪਰ ਹੁਣ ਬਹੁਤੇ ਪੁਰਾਣੇ ਬਜ਼ੁਰਗ ਤਾਂ ਕਹਿੰਦੇ ਰੱਬ ਨੂੰ ਪਿਆਰੇ ਹੋ ਗਏ ਇਸੇ ਕਰਕੇ ਸਾਨੂੰ ਚੂੜ ਖਾਨ ਜੀ ਦੀ ਕੋਈ ਠੋਸ ਜਾਣਕਾਰੀ ਤਾਂ ਨਹੀਂ ਮਿਲੀ ਕੋਈ ਨਾ ਪੀਰ ਆਬੀਦ ਅਲੀ ਜੀ ਤੁਸੀਂ ਕੋਸ਼ਿਸ਼ ਜਾਰੀ ਰੱਖਿਓ ਜੇ ਕੋਈ ਜਾਣਕਾਰੀ ਮਿਲ ਗਈ ਤਾਂ ਫਿਰ ਆਪਾਂ ਚੂੜਪੁਰ ਪਿੰਡ ਦਾ ਦੂਜਾ ਭਾਗ ਬਣਾ ਕੇ ਉਹਦੇ 'ਚ ਦੱਸ ਦਿਆਂਗੇ ਧੰਨਵਾਦ ਜੀ ਦੋਸਤੋ ਪੀਰ ਆਬੇਦਲੀ ਜੀ ਦਾ ਪਿਛਲਾ ਪਿੰਡ ਆ ਨੂਰਪੁਰ 베ਟ ਤੇ ਜਿਹੜਾ ਨੂਰਪੁਰ 베ਟ ਚ ਬਾਬਾ ਝੰਡੇ ਵਾਲੇ ਜੀ ਦਾ ਦਰਬਾਰ ਬਣਿਆ ਹੋਇਆ ਇਹ ਉਹਨਾਂ ਦੀ ਹੋਣ ਵਾਲੀ ਪੀੜ੍ਹੀ ਆ ਤੇ ਇਸ ਸਮੇਂ ਇਹੀ ਝੰਡੇ ਵਾਲੀ ਸਰਕਾਰ ਦੇ ਗੱਦੀ ਨਿਸ਼ੀਨ ਨੇ ਤੇ ਬੰਦੇ ਵੀ ਬਹੁਤ ਵਧੀਆ ਨੇ ਧੰਨਵਾਦ ਪੀਰ ਸਾਹਿਬ ਦੋਸਤੋ ਹੁਣ ਆਪਾਂ ਟੋਨੀ ਵੀਰੇ ਤੋਂ ਗੰਨੇ ਦਾ ਰਸ ਪੀ ਕੇ ਤੁਹਾਨੂੰ ਪਿੰਡ ਦੀਆਂ ਹੋਰ ਖਾਸ ਥਾਵਾਂ ਦਿਖਾਉਣ ਲੈ ਚੱਲਦੇ ਆਂ ਸਭ ਤੋਂ ਪਹਿਲਾਂ ਆਪਾਂ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਦਰਸ਼ਨ ਕਰ ਲੈਨੇ ਆਂ ਦੋਸਤੋ ਇਹ ਗੁਰੂ ਘਰ ਬਹੁਤ ਸੋਹਣਾ ਬਣਾਇਆ ਹੋਇਆ ਬਾਕੀ ਤੁਸੀਂ ਤਸਵੀਰਾਂ 'ਚ ਆਪ ਹੀ ਦੇਖ ਸਕਦੇ ਹੋ ਕਿ ਕਿੰਨੀਆਂ ਵਧੀਆ ਕਲਾਕਿਰਤੀਆਂ ਕੀਤੀਆਂ ਹੋਈਆਂ ਇਸ ਗੁਰੂ ਘਰ 'ਚ ਇਸ ਗੁਰੂ ਘਰ 'ਚ ਤਕਰੀਬਨ ਪੂਰਾ ਨਗਰ ਹੀ ਸੀਸ ਚਕਾਉਣ ਆਉਂਦਾ ਇੱਥੇ ਮੈਂ ਇਹ ਵੀ ਦੱਸ ਦਿੰਨਾ ਕਿ ਪਿੰਡ ਚੂੜਪੁਰ 'ਚ ਇੱਕੋ ਹੀ ਗੁਰੂ ਘਰ ਆ ਤੇ ਪਿੰਡ ਦੀ ਵੋਟ ਹੈਗੀ ਆ ਕੋਈ 250 ਦੇ ਕਰੀਬ ਪਰ ਜੇ ਪਿੰਡ ਦੀਆਂ ਕਲੋਨੀਆਂ ਦੀ ਬੋਟ ਵੀ ਮੜਾ ਲਈਏ ਤਾਂ 2000 ਦੇ ਨੇੜੇ ਤੇੜੇ ਵੋਟ ਬਣ ਜਾਂਦੀ ਆ ਪਰ ਸਾਰੇ ਸ਼ਰਧਾ ਨਾਲ ਇਸ ਗੁਰੂ ਘਰ ਚ ਆਉਂਦੇ ਨੇ ਤੇ ਇਸ ਗੁਰੂ ਘਰ ਦੇ ਅੰਦਰ ਹੀ ਆ ਦਰਬਾਰ شریف Hazrat Peer Mia Baba Hakim Shah Nosu ਨੋ ਸ਼ਾਹੀ ਖਾਨਦਾਨੀ ਕਾਦਰੀ ਜੀ ਦਾ ਇਹ ਵੀ ਬਹੁਤ ਸੋਹਣਾ ਬਣਾਇਆ ਹੋਇਆ ਇੱਥੇ ਹਰ ਸਾਲ ਭੰਡਾਰਾ ਵੀ ਕਰਾਇਆ ਜਾਂਦਾ ਤੇ ਇਸ ਜਗ੍ਹਾ ਦੀ ਹੋਰ ਜਾਣਕਾਰੀ ਆਪਾਂ ਇਸ ਜਗ੍ਹਾ ਦੇ ਮੁੱਖ ਸੇਵਾਦਾਰ ਸਰਦਾਰ ਦਰਸ਼ਨ ਸਿੰਘ ਜੀ ਤੋਂ ਵਿਸਥਾਰ ਨਾਲ ਸੁਣਦੇ ਹਾਂ ਸੁਣੋ ਜੀ ਹਾਂਜੀ ਮੈਂ ਦਰਸ਼ਨ ਸਿੰਘ ਸਨੋ ਮੀਤਾਰਾਮ ਬੰਡ ਚੂੜਪੁਰ ਜ਼ਿਲ੍ਹਾ ਲੁਧਿਆਣਾ ਸਾਡਾ ਸਾਰਾ ਪਿੰਡ ਜੀ ਇਹ ਪਾਕਿਸਤਾਨ ਤੋਂ ਆਇਆ ਜੀ ਜ਼ਿਲ੍ਹਾ ਲਾਹੌਰ ਪਿੰਡ ਦਾ ਚੌੜ ਚੱਕਾ ਜਦੋਂ ਇੱਧਰ ਆਏ ਆ ਦਰਬਾਰ ਸ੍ਰੀ ਇਸ ਤਰ੍ਹਾਂ ਹੀ ਸੀਗਾ ਇਹ ਬਾਬਾ ਜੀ ਦਾ ਨਾਮ حضرت ਪੀਰ ਮੀਆਂ ਬਾਬਾ ਹਾਕਮ ਸ਼ਾਹ ਨਸ਼ਾਈ ਖਾਨਦਾਨੀ ਕਾਦਰੀ ਇਹਨਾਂ ਦਾ ਸਾਰਾ ਪਰਿਵਾਰ ਜਿਲ੍ਹਾ ਫੈਸਲਾਬਾਦ ਪਿੰਡ ਚੂੜ ਚੂੜ ਮਾਜਰਾ ਇਹ ਬਾਬਾ ਜੀ ਦਾ ਦਰਬਾਰ ਇਸੇ ਤਰ੍ਹਾਂ ਸੀ ਜੀ ਤੇ ਜਿਸ ਤਰ੍ਹਾਂ ਹੁਣ ਧੰਨਵਾਦ ਦਰਸ਼ਨ ਸਿੰਘ ਜੀ ਜਿਉਂਦੇ ਰਹੋ ਜੀ ਰੱਬ ਤੁਹਾਡੀ ਸੇਵਾ ਲੇਖੇ ਲਾਵੇ ਫਿਰ ਦੋਸਤੋ ਪਿੰਡ ਚੂੜਪੁਰ ਚ ਆ ਵੀ ਇੱਕ ਹੋਰ ਪੀਰਾਂ ਦਾ ਦਰਬਾਰ ਬਣਿਆ ਹੋਇਆ ਇਹ ਵੀ ਬਹੁਤ ਖੁੱਲੇ ਥਾਂ ਚ ਬਣਾਇਆ ਹੋਇਆ ਸੋਹਣੇ ਦਰਖਤ ਲਾਏ ਹੋਏ ਨੇ ਇਸ ਦਰਬਾਰ ਨੂੰ ਬੋੜ ਵਾਲੇ ਬਾਬਾ ਜੀ ਦਾ ਦਰਬਾਰ ਕਹਿੰਦੇ ਨੇ ਪਰ ਉ ਇਹ ਬਾਬਾ ਗਲਮਾ ਮਸ਼ਾਹ ਜੀ ਦਾ ਦਰਬਾਰ ਆ ਇੱਥੇ ਵੀ ਹਰ ਸਾਲ ਕਹਿੰਦੇ ਬਹੁਤ ਧੂਮ ਧਾਮ ਨਾਲ ਮੇਲਾ ਕਰਾਇਆ ਜਾਂਦਾ ਜਿਦੇ ਚ ਲੋਕੀਂ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਇੱਥੇ ਤੇ ਇਸ ਜਗ੍ਹਾ ਦੇ ਮੁੱਖ ਸੇਵਾਦਾਰ ਸੀ ਸਵਰਗਵਾਸੀ ਭਜਨ ਸਾਈ ਜੀ ਇਹਨਾਂ ਦਾ ਵੀ ਪਿੰਡ ਚੂੜਪੁਰ ਚ ਬਹੁਤ ਸਤਿਕਾਰ ਆ ਫਿਰ ਦੋਸਤੋ ਇਸ ਜਗ੍ਹਾ ਦੇ ਇਧਰਲੇ ਪਾਸੇ ਸਸ ਮਾਰਤਚ ਪਿੰਡ ਦਾ ਅੰਗਨਵਾੜੀ ਸੈਂਟਰ ਆ ਇੱਥੇ ਵੀ ਪਿੰਡ ਦੇ ਛੋਟੇ-ਛੋਟੇ ਬੱਚੇ ਸਿੱਖਣ ਆਉਂਦੇ ਨੇ ਤੇ ਇੱਥੇ ਅੰਗਨਵਾੜੀ ਕੰਮ ਇਹ ਨੇ ਬੀਬੀ ਮੰਗਲਾ ਦੇਵੀ ਜੀ ਤੇ ਇਹਨਾਂ ਦੇ ਸਹਾਇਕ ਨੇ ਬੀਬੀ ਰੇਸ਼ ਮਹਾਰਾਣੀ ਜੀ ਧੰਨਵਾਦ ਜੀ ਫਿਰ ਦੋਸਤੋ ਪਿੰਡ ਦੇ ਬਾਸਰਡੇ ਦੇ ਪਿਛਲੇ ਪਾਸੇ ਆਹਾਂ ਬੈਠਣ ਨੂੰ ਬਹੁਤ ਹੀ ਵਧੀਆ ਜਗ੍ਹਾ ਬਣਾਈ ਹੋਈ ਆ ਇੱਥੇ ਵੀ ਕਹਿੰਦੇ ਆਥਨੇ ਕਾਫੀ ਰੌਣਕ ਹੁੰਦੀ ਆ ਤੇ ਉਹ ਹੈ ਪਿੰਡ ਦਾ ਪੰਚਾਇਤ ਘਰ ਤੇ ਇਹੀ ਪਿੰਡ ਦਾ ਕਮਿਊਨਿਟੀ ਹਾਲ ਵੀ ਆ ਤੇ ਕਮਿਊਨਿਟੀ ਹਾਲ ਦੇ ਪਿਛਲੇ ਪਾਸੇ ਆਹਾਂ ਪਿੰਡ ਦਾ ਸੇਵਾ ਕੇਂਦਰ ਆ ਫੇਰ ਪਿੰਡ ਦੇ ਬਾਹਰ ਬਾਹਰ ਆਹਾ ਭਾਰਤ ਪੈਟਰੋਲੀਅਮ ਦਾ ਪੰਪ ਵੀ ਆ ਇੱਥੇ ਹੀ ਚੂੜਪੁਰ ਪਿੰਡ ਦੇ ਲੋਕ ਆਪਦੇ ਟਰੈਕਟਰਾਂ ਮੋਟਰਸਾਈਕਲਾਂ 'ਚ ਤੇ ਕਾਰਾਂ 'ਚ ਤੇਲ ਪਵਾਉਂਦੇ ਨੇ ਤੇ ਚੂੜਪੁਰ ਪਿੰਡ ਤੋਂ ਜਿਹੜਾ ਰਾ ਲਾਦੀਆਂ ਖੁਰਦ ਪਿੰਡ ਨੂੰ ਜਾਂਦਾ ਉਹਦੇ ਤੇ ਇਧਰਲੇ ਪਾਸੇ ਆਹਾ ਇੱਕ ਕਾਫੀ ਖੁੱਲੀ ਡੁੱਲੀ ਪਾਰਕ ਵੀ ਬਣਾਈ ਹੋਈ ਆ ਇੱਥੇ ਬਹੁਤ ਵਧੀਆ ਦਰਖਤ ਲਾ ਕੇ ਹਰਿਆਲੀ ਕੀਤੀ ਹੋਈ ਆ ਤੇ ਆਹ ਦੇਖੋ ਬੈਠਣ ਨੂੰ ਸ਼ੈੱਡ ਪਾ ਕੇ ਬੈਂਚ ਵੀ ਲਾਏ ਹੋਏ ਨੇ ਤੇ ਇਸ ਪਾਰਕ 'ਚ ਆਹਾ ਓਪਨ ਜਿਮ ਦੀਆਂ ਮਸ਼ੀਨਾਂ ਵੀ ਲਾਈਆਂ ਹੋਈਆਂ ਨੇ ਕੁੱਲ ਮਿਲਾ ਕੇ ਵਧੀਆ ਪਾਰਕ ਆ ਤੇ ਆਹ ਜੀ ਬਾਈ ਗੁਰਦੇਵ ਸਿੰਘ ਜੀ ਦੀ ਪੈਂਚਰਾਂ ਦੀ ਦੁਕਾਨ। ਇਸ ਵੀਰ ਨੇ ਵੀ ਸਾਨੂੰ ਪਿੰਡ ਦੀਆਂ ਬਹੁਤ ਜਾਣਕਾਰੀਆਂ ਦਿੱਤੀਆਂ। ਧੰਨਵਾਦ ਵੀਰ ਜੀ ਤੇ ਹੁਣ ਆਪਾਂ ਆ ਗਏ ਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੇ ਸਰਕਾਰੀ ਮਿਡਲ ਸਕੂਲ ਦੇ ਵਿੱਚ। ਇਹ ਸਕੂਲ ਦੋਵੇਂ ਇਕੱਠੇ ਹੀ ਆ ਤੇ ਥਾਂ ਵੀ ਕਾਫੀ ਖੁੱਲਾ ਪਰ ਇੱਥੇ ਇੱਕ ਸਮੱਸਿਆ ਹੈਗੀ ਆ। ਇਹਨਾਂ ਸਕੂਲਾਂ 'ਚ ਤਕਰੀਬਨ 800 ਦੇ ਆਸ-ਪਾਸ ਬੱਚੇ ਪੜਨ ਆਉਂਦੇ ਨੇ ਪਰ ਇਹ ਸਕੂਲ 'ਚ ਕਮਰੇ ਘੱਟ ਨੇ ਜਿਸ ਦੇ ਤੇ ਪੰਜਾਬ ਸਰਕਾਰ ਨੂੰ ਤੇ ਪਿੰਡ ਦੇ ਦਾਨੀ ਸੱਜਣਾ ਨੂੰ ਧਿਆਨ ਦੇਣ ਦੀ ਲੋੜ ਆ। ਤੁਸੀਂ ਰਲ ਮਿਲ ਕੇ ਕੁਝ ਹੋਰ ਕਮਰੇ ਬਣਾਓ ਤਾਂ ਕਿ ਬੱਚੇ ਆਰਾਮ ਨਾਲ ਆਪੋ ਆਪਣੀਆਂ ਜਮਾਤਾਂ 'ਚ ਬੈਠ ਕੇ ਪੜ੍ਹਾਈ ਕਰ ਸਕਣ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੁੱਖ ਅਧਿਆਪਕ ਨੇ ਬੀਬੀ இந்துਵਾਲਾ ਜੀ ਤੇ ਇਹਨਾਂ ਦੇ ਨਾਲ 18 ਅਧਿਆਪਕ ਨੇ ਜਿਨ੍ਹਾਂ ਚੋਂ ਕ੍ਰਿਸ਼ਨਾ ਅਗਰਵਾਲ ਜੀ ਵੀ ਨੇ ਤੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਨੇ ਮੌਨਿਕਾ ਅਗਨੀਹੋਤਰੀ ਜੀ ਤੇ ਇਹਨਾਂ ਦੇ ਨਾਲ ਤਿੰਨ ਹੋਰ ਅਧਿਆਪਕ ਸਹਿਬਾਨ ਨੇ ਇਹਨਾਂ ਦੋਵਾਂ ਹੀ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਸਿਆਣੇ ਤੇ ਮਿਹਨਤੀ ਨੇ ਵਧੀਆ ਪੜਾਈ ਕਰਾਉਂਦੇ ਨੇ ਬੱਚਿਆਂ ਨੂੰ ਧੰਨਵਾਦ ਜੀ ਇਹਨਾਂ ਸਰਕਾਰੀ ਸਕੂਲਾਂ ਤੋਂ ਇਲਾਵਾ ਪਿੰਡ 'ਚ ਇੱਕ ਪ੍ਰਾਈਵੇਟ ਸਕੂਲ ਵੀ ਹੈਗਾ ਜਿਹਦਾ ਨਾਮ ਆ ਇੰਟਰਨੈਸ਼ਨਲ ਪਬਲਿਕ ਸਕੂਲ ਫਿਰ ਪਿੰਡੋਂ ਬਾਰ ਬਾਰ ਆਹਾ ਭਾਰਤ ਗੈਸ ਏਜੰਸੀ ਆ ਜਣੀ ਇੱਥੋਂ ਸਿਲੰਡਰ ਮਿਲ ਜਾਂਦੇ ਆ ਫਿਰ ਆ ਇਹ ਹੈ ਜੀ ਪਿੰਡ ਚ ਬਾਬਾ ਨਗਰ ਸਿੰਘ ਹਰ ਹਰ ਮਹਾਦੇਵ ਮੰਦਿਰ ਇਸ ਮੰਦਿਰ ਦੇ ਵਿੱਚ ਹੀ ਇੱਕ ਧਰਮਸ਼ਾਲਾ ਵੀ ਆ ਪਿੰਡ ਦੀ ਤੇ ਆ ਹੈ ਪਿੰਡ ਦੀ ਪਾਣੀ ਵਾਲੀ ਟੈਂਕੀ ਇੱਥੇ ਬਹੁਤ ਸਾਫ ਸਫਾਈ ਆ ਇਹ ਟੈਂਕੀ ਲੌਡੂਆ ਨੂੰ ਜਾਣ ਵਾਲੇ ਰਾਹ ਤੇ ਆ ਤੇ ਇਸ ਟੈਂਕੀ ਦੇ ਨਾਲ ਹੀ ਆਹਾ ਇਧਰਲੇ ਪਾਸੇ ਪਿੰਡ ਦਾ ਖੇਡ ਮੈਦਾਨ ਬਣਾਇਆ ਹੋਇਆ ਇੱਥੇ ਵੀ ਕਹਿੰਦੇ ਆਥਨੇ ਬਹੁਤ ਰੌਣਕਾਂ ਆ ਆ ਬਾਕੀ ਚੂੜਪੁਰ ਪਿੰਡ ਨੂੰ ਖੇਤੀਬਾੜੀ ਸੋਸਾਇਟੀ ਨਾਲ ਦੇ ਪਿੰਡ ਜੱਸੀਆਂ ਦੀ ਲੱਗਦੀ ਆ ਤੇ ਡਿਸਪੈਂਸਰੀ ਵੀ ਜੱਸੀਆਂ ਪਿੰਡ ਦੀ ਨੇੜੇ ਪੈਂਦੀ ਆ ਤੇ ਆਹ ਹੈ ਜੀ ਸੋਨੂ ਕਰਿਆਨਾ ਸਟੋਰ ਇਹ ਪਿੰਡ ਦੀ ਬਹੁਤ ਪੁਰਾਣੀ ਦੁਕਾਨ ਆ ਜਾਨੀ 40-42 ਸਾਲ ਤਾਂ ਹੋ ਗਈ ਆ ਇਸ ਦੁਕਾਨ ਨੂੰ ਇੱਥੇ ਸਾਨੂੰ ਸੀਮਾ ਭੈਣ ਜੀ ਮਿਲੇ ਧੰਨਵਾਦ ਜੀ ਤੇ ਹੁਣ ਆਪਾਂ ਆ ਗਏ ਆ ਸੰਧੂ ਬੁੱਡ ਵਰਕਸ ਤੇ ਜਾਨੀ ਲੱਕੜੀ ਮਿਸਤਰੀ ਸਾਹਿਬ ਦੀ ਦੁਕਾਨ ਤੇ ਇੱਥੇ ਸਾਨੂੰ ਬਾਈ ਜਗਤਾਰ ਸਿੰਘ ਜੀ ਮਿਲੇ ਧੰਨਵਾਦ ਵੀਰ ਜੀ ਤੇ ਆਹ ਹੈ ਜੀ ਰਿਸ਼ੀਕੇਸ਼ ਠਾਕਰ ਜੀ ਦੀ ਕੱਚੇ ਭੰਡਿਆਂ ਦੀ ਦੁਕਾਨ ਇਨਾਂ ਕੋਲੋਂ ਪੂਜਾ ਪਾੜ ਦਾ ਸਮਾਨ ਵੀ ਮਿਲ ਜਾਂਦਾ ਤੇ ਆਹ ਹੈ ਐਕਸੈਸ ਬੈਂਕ ਦੀ ਬ੍ਰਾਂਚ ਇਹਦਾ ਵੀ ਚੂੜਪੁਰ ਪਿੰਨੂ ਬਹੁਤ ਸੌਖਾ ਤੇ ਆਹ ਹੈ ਸਾਹੂ ਸਮੋਸਿਆਂ ਵਾਲੇ ਦੀ ਦੁਕਾਨ ਕਹਿੰਦੇ ਇਹਨਾਂ ਦੇ ਸਮੋਸੇ ਬਹੁਤ ਵਧੀਆ ਨੇ ਤੇ ਆਹ ਹੈ ਜੀ ਜੀਐਨਐਸ ਇਲੈਕਟ੍ਰੀਕਲ ਸਟੋਰ ਇੱਥੋਂ ਵੀ ਬਿਜਲੀ ਦਾ ਬਹੁਤ ਸਮਾਨ ਮਿਲ ਜਾਂਦਾ ਤੇ ਇੱਥੇ ਸਾਨੂੰ ਅਭਿਸ਼ੇਕ ਵੀਰ ਜੀ ਮਿਲੇ ਧੰਨਵਾਦ ਜੀ ਤੇ ਆ ਹੈ ਵਰਿੰਦਰ ਸਿੰਘ ਬਿੰਦਰੀਬਾਈ ਜੀ ਦੀ ਪੈਂਚਰਾਂ ਦੀ ਦੁਕਾਨ ਇਹ ਵੀ ਵਧੀਆ ਬੰਦੇ ਨੇ ਧੰਨਵਾਦ ਜੀ ਤੇ ਹੁਣ ਆਪਾਂ ਆ ਗਏ ਆ ਇਨਸਾਨਾਂ ਦੇ ਆਖਰੀ ਸਟੇਸ਼ਨ ਤੇ ਜਾਨੀ ਪਿੰਡ ਚੂੜਪੁਰਾ ਦੇ ਸ਼ਮਸ਼ਾਨ ਘਾਟ ਚ ਇਹ ਸ਼ਮਸ਼ਾਨ ਘਾਟ ਜੱਸੀਆਂ ਪਿੰਡ ਨੂੰ ਜਾਣ ਵਾਲੇ ਰਾਹ ਤੇ ਬਣਾਏ ਹੋਏ ਨੇ ਇੱਥੇ ਵਧੀਆ ਬੈਠਣ ਉੱਠਣ ਦਾ ਪ੍ਰਬੰਧ ਆ ਤੇ ਬਾਗਲਾ ਮਾਰ ਕੇ ਜ਼ਿੰਦਾ ਗੁੰਡਾ ਵੀ ਲੱਗਦਾ ਕੀਤਾ ਹੋਇਆ ਲਓ ਜੀ ਦੋਸਤੋ ਅਸੀਂ ਆਪਦੇ ਹਿਸਾਬ ਨਾਲ ਤਾਂ ਤੁਹਾਨੂੰ ਪੂਰਾ ਚੂੜਪੁਰ ਪਿੰਡ ਦਿਖਾਈ ਦਿੱਤਾ ਜੇ ਵਧੀਆ ਲੱਗਿਆ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਇਸ ਪ੍ਰੋਗਰਾਮ ਨੂੰ ਆਪਦੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਵੀ ਕਰ ਦਿਓ ਤੇ ਅਖੀਰ ਚ ਅਸੀਂ ਬਾਈ ਪਰਮਜੀਤ ਸਿੰਘ ਜੀ ਦੇ ਭਾਈ ਗੁਰਦੇਵ ਸਿੰਘ ਜੀ ਦੇ ਮੈਂਬਰ ਅਮਰਿੰਦਰ ਸਿੰਘ ਜੀ ਦੇ ਤੇ ਸਰਦਾਰ ਹਾਕਮ ਸਿੰਘ ਠਾਣੇਦਾਰ ਸਾਹਿਬ ਦੇ ਬਹੁਤ ਧੰਨਵਾਦੀ ਆ ਇਹਨਾਂ ਵੀਰਾਂ ਤੋਂ ਬਿਨਾ ਪਿੰਡ ਦੀਆਂ ਇੰਨੀਆਂ ਜਾਣਕਾਰੀਆਂ ਇਕੱਠੀਆਂ ਹੋਣੀਆਂ ਨਹੀਂ ਸੀ ਧੰਨਵਾਦ ਜੀ ਤੇ ਜੇ ਮੇਥੋਂ ਕਿਸੇ ਪਤਵੰਤੇ ਸੱਜਣ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਜਾਂ ਕਿਸੇ ਸਾਂਝੀ ਥਾਂ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਤੁਹਾਡੇ ਤੋਂ ਦਿਲੋਂ ਮਾਫੀ ਮੰਗਦਾ ਤੇ ਹੁਣ ਤੁਹਾਡੇ ਤੋਂ ਮੈਂ ਇੱਥੇ ਇਜਾਜ਼ਤ ਚਾਹੁੰਨਾ ਸਾਰਿਆਂ ਨੂੰ ਸਸਰੀਕਾਲ ਪਾਕਿਸਤਾਨੀ ਵੀਰਾਂ ਨੂੰ ਖੁਦਾ ਹਾਫਿਜ਼ ਜਿਉਂਦੇ ਵਸਦੇ ਰਹੋ ਤੇ ਰੱਬ ਰਾਖਾ ਦੋ to